सुबह का नाश्ता इस चूल्हे ते ही बने और चूल्हा जिहड़ा है ना बिल्कुल हाले तक तो ना ठीक है। बिस्मिल्लाहिर्रहमानिर्रहीम, अस्सलामु अलैकुम जी, गुड मॉर्निंग, की हाल चाल है सारिआं दे। काफ़ी सारे अज ना काम करने ने, एक तेना बेगम साहबां ने सुबह सुबह जिहड़ा गोह दित्ती मिट्टी, इन्हें रात को कही सी लेकिन रात को ना गोही कोई नहीं, तो अज ना फुल वगैरह बनाने ने। कल मैं लिपाई की सी तुहाडे सामने ठीक है, तो अज ना इन्दे उत्ते फुल बूटे कढ़ने ने। थोड़े बहुत खुश्क होने वाला रह गया, खुश्क हो जाता ना, तो इत्थे बनावांगे इस तरह के डेकोरेशन पीस ए जिवें ए नज़र आ रहे हैं। ਅਸੀਂ ਜਾ ਰਹੇ ਹਾਂ ਜੀ ਟੂਰ 'ਤੇ, ਬਿਲਕੁਲ 100% ਇਨਸ਼ਾਅੱਲਾ ਇਨਸ਼ਾਅੱਲਾ ਇਨਸ਼ਾਅੱਲਾ। ਅੱਜ ਨਾ ਮੋਟਰਸਾਈਕਲ ਦਾ ਉਹਨੂੰ ਕੀ ਸੱਦੇ ਨੇ ਪਵਾਉਂਦੇ ਹਾਂ, ਟਾਇਰ ਵਗੈਰਾ ਵੀ ਨਵੇਂ ਅਤੇ ਜਿਹੜੇ ਪਏ ਹੋਏ ਨੇ ਠੀਕ, ਉਹ ਪਏ ਨਾ ਖਰਾਬ ਹੋ ਜਾਵਾਂ, ਅਤੇ ਉਸ ਤੋਂ ਇਲਾਵਾ ਮੋਟਰਸਾਈਕਲ ਦੀ ਟਿਊਨਿੰਗ ਤੇਲ ਵਗੈਰਾ ਸਾਰਾ ਕੁਛ ਨਾ ਸੈਟਿੰਗ ਵੈਟਿੰਗ ਕਰਕੇ ਨਾ ਇਨਸ਼ਾਅੱਲਾ ਇਨਸ਼ਾਅੱਲਾ ਕੋਸ਼ਿਸ਼ ਹੈ ਸਵੇਰ ਜਾਂ ਪਰਸੋਂ ਜਿਹੜਾ ਹੈਗਾ ਨਾ ਨਿਕਲਾਂਗੇ। ਅਗਲੇ ਦਿਨ ਜਿਹੜੀ ਤੁਹਾਨੂੰ ਬੇਲ ਦਿਖਾਈ ਸੀ ਨਾ, ਉਹਦੇ ਉੱਤੇ ਫਲ ਵੀ ਲੱਗਿਆ ਹੋਇਆ, ਇਹ ਚੈੱਕ ਕਰੋ, ਇਹ ਚਿਬੜਾ ਦੀ ਹੈ ਨਾ, ਚਿਬੜ ਨੇ ਫਲ ਵੀ ਮਾਸ਼ਾਅੱਲਾ ਲੱਗ, ਉੱਪਰ ਦੇ ਉੱਪਰ ਹੀ ਵੇਖ ਲਓ, ਥੱਲੇ ਜ਼ਮੀਨ ਦੀ ਜ਼ਰੂਰਤ ਹੀ ਨਹੀਂ ਪਈ, ਸਿਰਫ ਮੱਟੀ ਹੈਗੀ ਸੀ ਉੱਪਰ, ਅਤੇ ਅੱਲਾ ਦੀ ਕੰਮ ਨੇ। ਇੱਕ ਗੱਲ ਹੈ ਕਿ ਪਾਣੀ ਅਤੇ ਦੂਸਰਾ ਕੀ ਸੱਦੇ ਨੇ ਜ਼ਰੂਰਤ ਹੈਗੀ ਜ਼ਿਆਦਾਤਰ ਨਾ ਪੌਦੇ ਨੂੰ ਰੋਸ਼ਨੀ ਦੀ, ਮਸਲ ਜ਼ਮੀਨ ਵੀ ਜ਼ਰੂਰੀ ਐਡੀ ਨਹੀਂ ਹੈ, ਕਿਉਂਕਿ ਅਗਰ ਜ਼ਮੀਨ ਜ਼ਰੂਰੀ ਹੁੰਦੀ ਨਾ ਤਾਂ ਇੱਥੇ ਪੌਦਾ ਨਹੀਂ ਉੱਗਣਾ ਸੀ, ਕਿਉਂਕਿ ਉੱਪਰ ਵੀ ਉੱਗ ਗਿਆ ਥੋੜ੍ਹਾ ਬਹੁਤ, ਉੱਤੇ ਗਾਰਾ ਹੈਗਾ ਸੀ ਨਾ ਜਿੱਲੀ ਪਾਈਪ ਵਗੈਰਾ ਕਿਤੇ ਉਹਦੇ ਵਿੱਚ ਉੱਗਿਆ, ਅਤੇ ਵੇਖ ਲਓ ਪਾਣੀ ਅਤੇ ਉੱਤੇ ਪਾਣੀ ਇਹਨੂੰ ਹੁੰਦਾ ਰਿਹਾ ਕੀ ਸੱਦੇ ਨੇ, ਜਿਹੜੀਆਂ ਬਾਰਿਸ਼ਾਂ ਵਗੈਰਾ ਆਈਆਂ ਸੀ ਨਾ ਉਹਦੇ ਵਿੱਚ ਫੁੱਟ ਗਿਆ, ਉਸ ਤੋਂ ਬਾਅਦ ਪਾਣੀ ਵੀ ਕੋਈ ਨਹੀਂ ਲਾਇਆ, ਤਾਂ ਅਸੀਂ ਸੋਚ ਰਹੇ ਹਾਂ ਵੀ ਇੰਨਾ ਪਾਣੀ ਹਾਲੇ ਤੱਕ ਖੜ੍ਹਾ ਕਿੱਥੇ ਆ, ਅਤੇ ਨਾ ਛੱਪਰ ਦੇ ਉੱਤੇ ਚੜ੍ਹ ਕੇ ਨਾ ਮੈਨੂੰ ਦੇਖਣਾ ਪਿਆ ਖੜ੍ਹਾ ਵੀ ਪਾਣੀ ਉੱਤੇ ਕਿਤੇ ਖੜ੍ਹਾ ਤਾਂ ਨਹੀਂ ਹੁੰਦਾ ਬਾਰਿਸ਼ ਵਗੈਰਾ ਦੇ ਵਿੱਚ। ਹਾਂ ਕੀ ਗੱਲ, ਇਹਨੂੰ ਚੱਕ ਕੇ ਕਿਤੇ ਫਿਰਦੇ ਹੋ, ਹੈਂ ਕਬੂਤਰ, ਕਬੂਤਰ ਕਿੱਥੋਂ ਆ ਗਏ, ਹੈਂ ਅਸੀਂ ਚੱਕਾ ਕਬੂਤਰ ਕਿੱਥੋਂ ਪਰ ਕਰਨ ਕਬੂਤਰ ਨੇ ਥੱਲੇ, ਲੈ ਇਹ ਕਬੂਤਰ ਨੇ, ਅੱਛਾ ਹਾਂ ਖੇਲੋ ਖੇਲੋ ਕਬੂਤਰਾਂ, ਡੱਕ ਲਓ ਕਬੂਤਰਾਂ ਨੂੰ ਵਿੱਚ, ਕਬੂਤਰਾਂ ਡੱਕ ਕੇ ਬੈਠੇ ਨੇ। ਮੈਨੂੰ ਨਾ ਅਚੋਂ ਜੀ ਲੱਗ ਗਈ ਹੈ ਕਿ ਇਹ ਜਿਹੜਾ ਕਹਿੰਦਾ ਦੇਖਣੇ ਆ ਕਹਿੰਦਾ ਕੀ ਸਾਫ ਕਿਤਾਬ, ਹਾਂ ਕਿਉਂਕਿ ਨਾ ਬਾਰਿਸ਼ਾਂ ਵੀ ਕਾਫੀ ਦਿਨ ਹੋ ਗਈਆਂ ਨੇ, ਹੋਈਆਂ ਹੀ ਕੋਈ ਨਹੀਂ, ਅਤੇ ਇਹ ਕਿਵੇਂ ਹੋ ਸਕਦਾ ਕਿ ਇਹ ਜਿਹੜਾ ਕਹਿੰਦਾ ਫੁੱਟਿਆ ਖਾ, ਓਏ ਇਹ ਤਾਂ ਬੜੇ ਲੱਗਿਆ ਖੜਾ ਚਿੱਬੜ ਜੇ, ਇਹ ਤਾਂ ਬਿਲਕੁਲ ਖੁਸ਼ ਕੇ ਛੱਤ 'ਤੇ ਫੁੱਟਿਆ ਕਿਵੇਂ ਖੜਾ, ਇਹ ਤਾਂ ਨਹੀਂ ਪਾਣੀ ਜ਼ਰਾ ਹੀ ਕੋਈ ਨਹੀਂ, ਪਾਣੀ ਹੈ ਤਾਂ ਸਾਰਾ ਖੁਸ਼ਕ ਜਗ੍ਹਾ, ਇਹ ਦੇਖੋ ਨਾ ਬਿਲਕੁਲ ਖੁਸ਼ਕ ਜਗ੍ਹਾ, ਨਮੀ ਹੈ ਥੋੜ੍ਹੀ ਜਿਹੀ, ਇਹ ਦੇਖੋ ਕਹਿ ਬੇਲ ਖੜੀ ਹੋਈ ਹੈ, ਕਹਿ ਖੜੀ ਹੋਈ, ਔਰ ਫਲ ਦੇਖੋ ਕਿਵੇਂ ਲੱਗਿਆ ਹੋਇਆ, ਪਾਣੀ ਤਾਂ ਉੱਪਰ ਨਾ ਬਿਲਕੁਲ ਕੋਈ ਨਹੀਂ ਆ, ਅਤੇ ਅਗਰ ਬੇਲ ਨੂੰ ਵੇਖਿਆ ਜਾਵੇ ਨਾ ਤਾਂ ਜਿੰਨੀ ਹਰੀ ਭਰੀ ਆ ਇੰਝ ਲੱਗਦਾ ਪਿਆ ਜਿਵੇਂ ਬਿਲਕੁਲ ਜ਼ਰਖੇ ਜ਼ਮੀਨ 'ਚ ਗੱਡੀ ਹੋਈ ਆ। ਅੱਲਾ ਪਾਕ ਹੀ ਬਿਹਤਰ ਜਾਣਦਾ ਹੈ ਕਿ ਇਹ ਨਾ ਕਿਵੇਂ ਉੱਗੀ ਹੋਈ ਆ, ਕਿਉਂਕਿ ਤੁਹਾਨੂੰ ਪਤਾ ਛੱਪਰ ਹੈ ਉੱਪਰ ਬਿਲਕੁਲ ਗਾਰਾ ਵੀ ਖੁਸ਼ਕ ਹੈ, ਥਾਪੀਆਂ ਵਗੈਰਾ ਵੀ ਕਾਫੀ ਦਿਨ ਲਿਪਾਈ ਕੋਈ ਨਹੀਂ ਕੀਤੀ, ਉਹ ਵੀ ਖੁਸ਼ਕ ਪਈਆਂ ਹੋਈਆਂ ਨੇ, ਇਹ ਹਰੀ ਭਰੀ ਆ। ਤਨੀਆਂ ਦੇ ਇੱਕ ਦੋ ਪੌਦੇ ਉੱਗੇ ਨੇ, ਇਹ ਉੱਗਿਆ ਖੜਾ ਇੱਕ, ਅਤੇ ਇਹ ਇੱਥੋਂ ਇੱਕ ਦੋ ਨਿਕਲੇ ਨੇ, ਔਰ ਇਹਦੇ ਵਿੱਚ ਇਵੇਂ ਹੀ ਆ ਸਾਈਡਾਂ ਤੋਂ ਦੋ ਤਿੰਨ ਤਿੰਨ ਨਿਕਲੇ ਨੇ, ਦੁਬਾਰਾ ਫਿਰ ਜਿਹੜਾ ਹੈਗਾ ਨਾ ਗੱਡਾਂਗੇ ਇਨਸ਼ਾਅੱਲਾ। ਕੀ ਟੂਰ 'ਤੇ ਕੌਣ ਕੌਣ ਜਾ ਰਿਹਾ ਉਹ ਜਿਹੜਾ ਹੈਗਾ ਨਾ ਤੁਹਾਨੂੰ ਦੱਸਦੇ ਹਾਂ, ਇੱਕ ਵਾਰੀ ਮੈਂ ਨਾ ਤਿਆਰੀ ਕਰ ਲਵਾਂ, ਟਾਇਰ ਚੱਕ ਕੇ ਨਾ ਬਾਹਰ ਕੱਢਦੇ ਹਾਂ, ਟਾਇਰ ਜਿਹੜੇ ਹੈਗੇ ਨਾ ਇੱਥੇ ਬੈੱਡਰੂਮ ਦੇ ਥੱਲੇ ਪਏ ਹੋਏ ਨੇ, ਬੈੱਡ ਦੇ ਥੱਲੇ ਟਾਇਰ ਜਿਹੜੇ ਹੈਗੇ ਨਾ ਬਾਹਰ ਕੱਢ ਲਏ ਨੇ, ਔਰ ਟਾਇਰਾਂ ਉੱਤੇ ਕਾਫੀ ਜ਼ਿਆਦਾ ਕੱਟਾ ਮਿੱਟੀ ਪਿਆ ਹੋਇਆ। ਪਾਣੀ ਆਲਾ ਸਾਡਾ ਪਾਈ ਜਿਹੜਾ ਹੈਗਾ ਨਾ ਆ ਗਿਆ ਪਾਣੀ ਲੈ ਕੇ, ਇਹ ਆ ਗਿਆ ਜੀ ਸਾਡਾ ਪਾਣੀ, ਔਰ ਇੱਥੇ ਰੱਖਦੇ ਹਾਂ ਟਾਇਰ ਵਗੈਰਾ ਨਾ ਸਾਫ਼ ਕਰਦੇ ਹਾਂ, ਕੱਟਾ ਕਾਫੀ ਪਿਆ ਹੋਇਆ ਔਰ ਕਿਤੇ ਖਰਾਬ ਤਾਂ ਨਹੀਂ ਹੋਏ ਪੈ ਨਹੀਂ ਹਾਲੇ ਤੱਕ, ਤਾਂ ਇਹ ਵੰਨ ਨੇ, ਔਰ ਇੱਕ ਇੱਕ ਸਾਈਡ ਚੈੱਕ ਕਰੋ, ਇੱਕ ਸਾਈਡ ਚੈੱਕ ਕਰੋ, ਇਸ ਸਾਈਡ 'ਤੇ ਕਿੰਨਾ ਕੱਟਾ, ਬਿਲਕੁਲ ਸੂਰਜ ਗਰੂਬ ਹੋ ਗਿਆ, ਔਰ ਅੱਜ ਪੱਠੇ ਜਿਹੜਾ ਹੈਗਾ ਨਾ ਥੋੜ੍ਹੇ ਜਿਹੇ ਸਾਡੇ ਖੜੇ ਨੇ, ਇੱਥੇ ਵੜਨੇ ਨੇ। ਜਿਸ ਦਿਨ ਮੈਂ ਕੰਮ ਦਾ ਪਲੈਨ ਬਣਾਵਾਂ ਕਦੇ ਕਦੇ ਮਿਸ ਹੋ ਹੀ ਜਾਂਦਾ, ਅੱਜ ਜਿਹੜਾ ਕਹਿੰਦਾ ਇੱਕ ਤਾਂ ਇੱਥੇ ਪਿੰਡ ਦੇ ਵਿੱਚ ਨਾ ਇੱਕ ਡੈਥ ਹੋ ਗਈ ਸੀ, ਉੱਧਰ ਜਨਾਜ਼ਾ ਪੜਨ ਚਲਾ ਗਿਆ, ਅਤੇ ਉੱਧਰੋਂ ਆਇਆ ਅਤੇ ਸਾਰੀ ਦਾ ਸਾਰਾ ਨਿਜ਼ਾਮ ਹੀ ਗੜਬੜ ਹੋ ਗਿਆ ਬੇਗਮ ਸਾਹਿਬਾਂ ਦੀ ਵਜ੍ਹਾ ਤੋਂ। ਉਹਦੀ ਵਜ੍ਹਾ ਹੈ ਕਿ ਮੈਂ ਤੁਹਾਨੂੰ ਦੱਸਣਾ ਕਹਾਣੀ ਸੁਣਾਉਂਦਾ, ਬਲਕਿ ਜਾ ਕੇ ਤੁਹਾਨੂੰ ਕਹਾਣੀ ਸੁਣਾਉਂਦਾ। ਬੇਗਮ ਸਾਹਿਬਾਂ ਕਰ ਰਹੀ ਹੈ ਕਮਰਿਆਂ ਕੁਮਰਿਆਂ ਦੀਆਂ ਸਫਾਈਆਂ ਵਗੈਰਾ, ਇਹ ਮੰਜਾ ਤਾਂ ਸਿੱਧਾ ਕਰ ਦੇ, ਔਰ ਇਹ ਇਹਦੇ ਕੰਮ ਦੇਖੋ ਤੁਸੀਂ, ਇਹ ਦੇਖ ਇੱਥੋਂ ਜੀ, ਅਗਰ ਤੂੰ ਗਿਰ ਜਾਵੇਂ ਤਾਂ ਫਿਰ ਇਹ ਆ ਵੇਖੇ ਗਿਰਨ ਲੱਗਿਆ ਸੀ ਨਾ ਉਹਨੇ, ਚੱਲ ਆ ਥੱਲੇ ਉਤਰ, ਚੱਲ ਚੱਲ ਇੱਥੇ ਠੀਕ ਹੈ, ਸੈਟਿੰਗ ਵੈਟਿੰਗ ਹੋਈ ਪਈ ਆ,
ਬੱਚੇ ਆਉਣ ਵਾਲੇ ਨੇ ਤੇ ਬੱਚਿਆਂ ਨੇ ਫੇਰ ਹਟ ਕੇ ਨਾ ਫੈਸਨੈਸ ਕਰ ਦੇਣਾ। ਇਹ ਕੱਪੜਾ ਵਗੈਰਾ ਜਗ੍ਹਾ ਤੇ ਨਾ ਕਾਫੀ ਮੈਨੂੰ ਕਮੈਂਟ ਆਉਂਦੇ ਨੇ ਕਿ ਨਵਾਲ ਬਈ ਕੱਪੜੇ ਦੀ ਜਗ੍ਹਾ ਤੇ ਉਹ ਕਲੀਨ ਵਗੈਰਾ ਜਾਂ ਹੋਰ ਕੋਈ ਚੀਜ਼ ਦਾ। ਇਹ ਅਸਲ 'ਚ ਨਾ ਬੈੱਡ ਦੀ ਚਾਦਰ ਸੀ ਇਹ ਵਾਲੀ, ਅਤੇ ਬੈੱਡ ਦੀ ਚਾਦਰ ਹੋ ਗਈ ਹੈ ਕਾਫੀ ਜ਼ਿਆਦਾ ਪੁਰਾਣੀ, ਠੀਕ ਆ। ਅਤੇ ਉਹ ਫਿਰ ਸੱਟਣ ਦੀ ਬਜਾਏ ਅਸੀਂ ਨਾ ਇਹਦੇ ਥੱਲੇ ਇਸਤੇਮਾਲ ਕਰਦੇ ਪਏ ਹਾਂ। ਬਾਹਰ ਨਿਕਲਿਆ ਮੇਰੇ ਪਿੱਛੇ ਪਿੱਛੇ ਚੱਕਰੀਆਂ ਲਾਈ ਜਾਂਦਾ, ਤੈਨੂੰ ਨਹੀਂ ਬਾਹਰ ਨਿਕਲਣ ਦੇਣਾ ਮੈਂ, ਚੱਲ ਨੱਸ ਜਾ, ਚਲੋ ਚਲੋ। ਘਰ ਦਾ ਗਾਰਡਨ ਮਾਸ਼ਾਅੱਲਾ ਹਰਾ ਭਰਾ ਨਜ਼ਰ ਆ ਰਿਹਾ। ਤੁਹਾਨੂੰ ਹੁਣ ਮੈਂ ਕਹਾਣੀ ਸੁਣਾਵਾਂ। ਇਹ ਸਾਹਮਣੇ ਜਿਹੜੀਆਂ ਘਰ ਦੇ ਉੱਤੇ ਇੱਟਾਂ ਪਈਆਂ ਹੋਈਆਂ ਨੇ, ਇਹਨਾਂ ਇੱਟਾਂ ਦਾ ਜਿਹੜਾ ਨਾ ਬੜਾ ਰੌਲਾ ਬਣ ਗਿਆ। ਇਹ ਵਾਲੀਆਂ ਜਿਹੜੀਆਂ ਇੱਟਾਂ ਨੇ ਨਾ, ਇਹ ਕੋਈ ਗਲਤੀ ਨਾਲ ਭੁੱਲ ਕੇ ਸਾਡੇ ਵਾਲੇ ਜਿਹੜਾ ਨਾ ਸੱਟਣੀਆਂ, ਉਹਨੇ ਹੋਰ ਕਿਸੇ ਪਾਸੇ ਸੀ ਅਤੇ ਸੱਟ ਕੇ ਨਾ ਸਾਡੇ ਵਾਲੇ ਚਲੇ ਗਏ ਨੇ। ਰੋਡ 'ਤੇ ਨਾ ਕਾਫੀ ਜ਼ਿਆਦਾ ਸ਼ੋਰ ਸੀ ਅਤੇ ਸਮਝ ਨਹੀਂ ਆ ਰਹੀ ਸੀ ਮੋਟਰਸਾਈਕਲ ਕਹਿੰਦਾ ਟਰੇਨ। ਤੁਹਾਨੂੰ ਮੈਂ ਦੁਬਾਰਾ ਪੂਰੀ ਸਟੋਰੀ ਸੁਣਾ ਦਿੰਦਾ। ਮੈਂ ਗਿਆ ਹੋਇਆ ਸੀ ਜਨਾਜ਼ਾ ਪੜਨ, ਠੀਕ ਆ। ਉੱਧਰ ਪੜ ਕੇ ਸਿੱਧਾ ਨਿਕਲ ਗਿਆ ਸ਼ਹਿਰ, ਲੈ ਕੇ ਆਇਆ ਸਬਜ਼ੀ ਸੁਬਜ਼ੀ। ਹੁਣੀ ਮੈਂ ਸ਼ਹਿਰ ਗਿਆ ਸੀ, ਉੱਧਰ ਕੋਈ ਕੰਮ ਸੀ ਅਤੇ ਮੈਨੂੰ ਆਉਂਦੇ ਆਉਂਦਿਆਂ ਨਾਲ ਲੇਟ ਹੋ ਗਈ ਆ। ਇੱਟਾਂ ਮੈਂ ਤੁਹਾਨੂੰ ਵਿਖਾਈਆਂ ਨੇ, ਇੱਟਾਂ ਜਿਹੜੀਆਂ ਨਾ ਬੇਗਮ ਸਾਹਿਬਾਂ ਨੇ ਨਾ ਲਵਾ ਲਈਆਂ ਨੇ, ਔਰ ਸਮਝ ਲਓ ਕਿ ਉਹਨਾਂ ਨੇ ਕਿਹਾ ਜੀ ਇੱਥੇ ਨਵਾਜ਼ ਦੀਆਂ ਇੱਟਾਂ ਨੇ, ਨਵਾਜ਼ ਮਾਛੀ। ਮੈਂ ਵੀ ਇੱਥੇ ਹਾਂ ਅਤੇ ਨਵਾਜ਼ ਮਾਛੀ ਹੋਰ ਵੀ ਇੱਥੇ ਪਿੰਡ ਵਿੱਚ ਇੱਕ ਦੋ ਨੇ, ਦੋ ਬਲਕਿ ਹੋਰ ਵੀ ਨਵਾਜ਼ ਮਾਛੀ ਨੇ। ਉਹਨੇ ਕਿਹਾ ਜੀ ਨਵਾਜ਼ ਮਾਛੀ ਦੀਆਂ, ਇਹਨੂੰ ਬੇਗਮ ਨੂੰ ਤੈਨੂੰ ਪਤਾ ਤਾਂ ਆਪਣਾ ਕਿਹੜਾ ਘਰ ਦਾ ਕੰਮ ਚੱਲਦਾ ਪਿਆ, ਆਪਾਂ ਕੋਈ ਬਿਲਡਿੰਗ ਉਸਾਰ ਨਹੀਂ ਤੇਰੇ ਨਾਲ ਕੋਈ ਡਿਸਕਸ ਕਰਦਾ ਹੈ। ਅਕਸਰ ਤੁਹਾਨੂੰ ਪਤਾ ਕਿ ਮੈਂ ਤਾਂ ਘਰ ਬਣਾਉਣ ਲੱਗਿਆ ਨਾ, ਕੋਈ ਇੱਕ ਇੱਟ ਵੀ ਲਾਉਣੀ ਹੋਵੇ ਤਾਂ 4-5 ਦੇ ਹਫ਼ਤਾ ਪਹਿਲੇ ਦੱਸਣਾ ਕਿ ਅਸੀਂ ਹੁਣ ਇੱਟ ਲਾਉਣ ਲੱਗੇ ਹਾਂ, ਠੀਕ ਹੈ। ਕਿਉਂਕਿ ਅਸੀਂ ਵਲੋਗਰ ਹੈਗੇ, ਯੂਟਿਊਬਰ, ਕੁਝ ਸਾਡੇ ਪੇਟ 'ਚ ਹਜ਼ਮ ਤਾਂ ਹੁੰਦੀ ਕੋਈ ਨਹੀਂ। ਅਤੇ ਬੇਗਮ ਸਾਹਿਬਾਂ ਨੇ ਚੁੱਪ ਕੀਤੀਆਂ ਇੱਟਾਂ, ਉਹਨੇ ਕਿਹਾ ਜੀ ਨਵਾਜ਼, ਇਹਨੇ ਕਿਹਾ ਜੀ ਉੱਥੇ ਲਾ ਦਿਓ ਇੱਟਾਂ। ਬੇਗਮ ਸਾਹਿਬ ਨੇ ਲਵਾ ਲਈਆਂ, ਹੁਣ ਸਾਡੀਆਂ ਨਹੀਂ ਹੈਗੀਆਂ ਸੀ, ਉਹ ਉੱਪਰਲੇ ਕਿਸੇ ਗਵਾਂਢੀਆਂ ਦੀ ਹੈਗੀਆਂ ਸੀ, ਅਤੇ ਇਹਨੇ ਜਿਹੜੇ ਲਵਾ ਕੇ ਬੈਠੀ ਹੋਈ ਆ। ਉਹ ਪਰਚੀ ਵਗੈਰਾ ਉਹਨਾਂ ਨੂੰ ਮੈਂ ਦੇ ਆਇਆ, ਮੈਂ ਕਿਹਾ ਤੁਹਾਡੀਆਂ ਇੱਟਾਂ ਉਹ ਗਲਤੀ ਨੇ ਜਿਹੜਾ ਹੈਗਾ ਨਾ ਟਰਾਲੀ ਵਾਲਾ ਸਾਡੇ ਲਾ ਕੇ ਆ ਗਿਆ। ਦੁਬਾਰਾ ਫਿਰ ਉਹ ਟਰਾਲੀ ਸਾਨੂੰ ਲਾਇਆ, ਮੈਂ ਕਿਹਾ ਹੁਣ ਆਪੇ ਹੁਣ ਸੱਟ ਸੁੱਟ ਲਵਣਗੇ। ਹੁਣ ਸਮਝ ਲਓ ਕਿ ਨਾ ਸਾਡੀ ਗਲਤੀ ਅਤੇ ਨਾ ਉਹਨਾਂ ਦੀ ਗਲਤੀ, ਟਰਾਲੀ ਵਾਲਾ ਜਿਹੜਾ ਹੈਗਾ ਨਾ ਉਹ ਗਲਤ ਜਗ੍ਹਾ 'ਤੇ ਲਾ ਗਿਆ, ਕਿਉਂਕਿ ਨਵਾਜ਼ 'ਤੇ 3 ਜਗ੍ਹਾ ਸੀ, ਉਹਨੇ ਜਿਹੜਾ ਚੁੱਪ ਕਰਕੇ ਲਾ ਕੇ, ਉਹਨੇ ਵਾਲਿਦ ਦਾ ਜ਼ਿਕਰ ਨਹੀਂ ਕੀਤਾ ਕਿ ਨਵਾਜ਼ ਵਾਲਦਾ ਮੰਮਾ ਦੇ ਲਈ ਕਿ ਕਿਹੜਾ ਚੁੱਪ ਕਰਕੇ ਲਾ ਕੇ ਚਲਾ ਗਿਆ। ਅਤੇ ਮੁਸ਼ਕਿਲ ਨਾਲ ਮੈਂ ਅਸਲੀ ਮਾਲਕ ਜਿਹੜਾ ਇੱਟਾਂ ਦਾ ਹੈਗਾ ਨਾ ਉਹ ਲੱਭ ਕੇ ਉਹਨਾਂ ਨੂੰ ਤੋੜ ਕਰ, ਉਹਨਾਂ ਨੂੰ ਪਰਚੀ ਵੀ ਦੇ ਕੇ ਆਇਆ, ਤਾਂ ਉਹਨਾਂ ਨੂੰ ਮੈਂ ਦੱਸ ਕੇ ਵੀ ਆ ਗਿਆ। ਇੱਕ ਜ਼ਿੰਮੇਦਾਰੀ ਸਮਝ ਲਓ ਕਿ ਬਣ ਗਈ, ਅਗਰ ਖੁਦਾ ਨਾ ਖਾਸਤਾ ਕਿ ਉਹ ਲੱਭਦੇ ਲੱਭਦੇ ਸਾਡੇ ਘਰ ਇੱਟਾਂ ਆ ਜਾਂਦੇ, ਮਸਲ ਲੱਭਦੇ ਲੱਭਦੇ ਆ ਜਾਂਦੇ ਸਾਡੇ ਘਰ ਮੇਰੀ ਪਰਚੀ ਦੇਣ ਤੋਂ ਪਹਿਲੇ, ਅਤੇ ਉਹਨਾਂ ਨੇ ਤਾਂ ਕਹਿਣਾ ਸੀ ਕਿ ਇਹਨਾਂ ਨੇ ਜਾਣ ਬੁੱਝ ਕੇ ਚੋਰੀ ਕਰਕੇ ਜਿਹੜਾ ਹੈਗਾ ਸਮਝ ਲਓ ਬੇਈਮਾਨੀ ਨਾਲ ਸਾਡੀਆਂ ਇੱਟਾਂ ਇੱਥੇ ਲਵਾ ਲਈਆਂ, ਅਤੇ ਦੱਸਿਆ ਹੀ ਸਾਨੂੰ ਨਹੀਂ। ਇਸੇ ਕਰਕੇ ਉਹਨਾਂ ਦੇ ਆਉਣ ਤੋਂ ਪਹਿਲੇ ਪਹਿਲੇ ਨਾ ਮੈਂ ਫਟਾਫਟ ਘਰ ਲੱਭ ਕੇ ਅਤੇ ਉੱਧਰ ਗਿਆ, ਤਾਂ ਉਹਨਾਂ ਨੇ ਕਿਹਾ ਬਈ ਇੱਟਾਂ ਤੁਹਾਡੀਆਂ ਸਾਡੇ ਕੋਲ ਆ ਗਈਆਂ, ਅਤੇ ਸ਼ੁਕਰ ਹੈ ਬੱਚਤ ਹੋ ਗਈ। ਅਗਰ ਉਹ ਸਾਡੇ ਕੋਲ ਆ ਜਾਂਦੇ ਤਾਂ ਫਿਰ ਤਾਂ ਸਮਝ ਲਓ ਕੋਈ ਬੇਈਮਾਨੀ ਦਾ ਟੈਗ ਲੱਗ ਜਾਣਾ ਸੀ ਕਿ ਇਹਨਾਂ ਨੇ ਪਤਾ ਨਹੀਂ ਕਿਉਂ ਲਵਾ ਲਈਆਂ ਨੇ, ਕਿ ਕੀ ਮਸਲਾ ਹੈ ਕੀ ਨਹੀਂ ਆ। ਕਿਉਂਕਿ ਉਹ ਸਮਝਣਾ ਕਿ ਅਗਰ ਇਹਨਾਂ ਦੀਆਂ ਇੱਟਾਂ ਅਗਰ ਨਹੀਂ ਆਉਣ ਤਾਂ ਇਹਨਾਂ ਨੂੰ ਆਖ ਸਾਨੂੰ ਦੱਸਿਆ ਕਿਉਂ ਨਹੀਂ, ਕਿਉਂਕਿ ਅਸੀਂ ਤਾਂ ਪਹੁੰਚਣਾ ਕੋਈ ਨਹੀਂ ਸੀ, ਉਹਨਾਂ ਇਹੀ ਸੋਚਣਾ ਸੀ। ਇਹ ਤਾਂ ਸ਼ੁਕਰ ਕਿ ਉਹਨਾਂ ਦੇ ਆਉਣ ਤੋਂ ਪਹਿਲੇ ਮੈਂ ਉਹਨਾਂ ਵਾਲੇ ਚਲਾ ਗਿਆ, ਅਤੇ ਕੰਮ ਜਿਹੜਾ ਹੈਗਾ ਰਫਾ ਦਫਾ ਹੋ ਗਿਆ। ਨਹੀਂ ਤਾਂ ਅੱਜ ਬਾਈ ਸਾਹਿਬ ਅਸੀਂ ਚੋਰ ਬਣੇ ਪਏ ਸੀ। ਬੇਗਮ ਸਾਹਿਬਾਂ ਅਤੇ ਅਬਦੁਲ ਰਹਿਮਾਨ ਵੱਢ ਰਹੇ ਨੇ ਪੱਠੇ, ਟਿਊਸ਼ਨ ਪੜੇ ਪੁੜ ਕੇ ਬੱਚੇ ਆ ਗਏ ਸੀ, ਔਰ ਪੱਠੇ ਆ ਗਏ ਪਏ ਨੇ, ਔਰ ਮਾਝ ਦੇ ਕੰਮ ਚੈੱਕ ਕਰੋ। ਸ਼ੋਰ ਨਾ ਕਰੋ, ਘਰ ਚ ਆ ਜਾਵਾਂ ਤੇ ਇਤਨਾ ਸ਼ੋਰ ਦਿਆ ਵਹਾਬ ਨੂੰ। ਹਾਦੀ ਨੂੰ ਦਿੱਤਾ ਨੇ, ਹਾਦੀ ਹਾਦੀ ਹੈਲੋ, ਖਾਂਦਾ ਮਨਾ ਚੋਨਾ ਕਰ ਮੁਸਕਰਾਉਂਦਾ ਪਿਆ। ਲੈ ਵਾ ਛੁਪਾ ਨਾ, ਮੈਂ ਵੇਖ ਲਿਆ। ਆ ਵੇ ਮਾਰਕਾ ਵਿਖਾ, ਮਾਰਕਾ ਵਿਖਾ, ਜਲਦੀ ਕਰ, ਮਨ ਤੋਂ ਵੀ ਲਈ ਮਾਰਕਾ ਤੇਰੇ ਕੋਲ ਹੀ ਹੈ, ਤੂੰ ਵੀ ਹੁਣ ਮਾਰ ਕਰ ਲਈ। ਹਾਲਾਂਕਿ ਕੱਚੀਆਂ ਪੈਨਸਲਾਂ ਇਹਨਾਂ ਕੋਲ ਮੈਂ ਕਾਫੀ ਸਾਰੀ ਲੈ ਕੇ ਰੱਖੀਆਂ ਹੋਈਆਂ ਹਫ਼ਤੇ ਪੂਰੇ ਦੀਆਂ, ਅਤੇ ਉਹ ਜਿਹੜੀਆਂ ਨਾ ਇਹ ਨਾ ਇਸਤੇਮਾਲ ਨਹੀਂ ਕਰਨੀਆਂ, ਸਿਰਫ ਇਹ ਹੁਣ ਮਾਰ ਕਲਰ ਦੇ ਪਿੱਛੇ ਪਈਆਂ ਖੜੀਆਂ, ਔਰ ਕਲਰ ਜਿਹੜਾ ਨਾ ਉਹ ਲੈ ਕਲੀ ਬੋਰਡ ਗਿਆ, ਉਹਦੇ 'ਤੇ ਵੀ ਸਾਰਾ ਕੀਤੀ ਜਾਂਦੀ ਕੰਮ ਚੈੱਕ ਕਰ। ਕੁਛ ਸਿਆਣੇ ਬਣਿਆ ਕਰੋ, ਇਸ 'ਤੇ ਇਸਤੇਮਾਲ ਨਹੀਂ ਕਰੀਂਦੇ, ਦੁਬਾਰਾ ਸਮਝ ਖਰਾਬ ਹੋ ਜਾ। ਤੂੰ ਇਸੇ ਵੇਰੀ ਲਿਆ ਨੇ ਤਾਂ ਸਮਝਿਆ, ਜੇ 2-3 ਦਿਨ ਨਾ ਹੀ ਹੋਰ ਤੁਹਾਡੇ ਪੇਪਰਾਂ ਨੂੰ, ਤੂੰ ਉਹਨਾਂ ਦਾ ਹਸ਼ਰ ਵੇ ਕੀ ਕੀਤਾ। ਇਸ ਪਾਸੋਂ ਸਹੀ ਹੈ, ਸਿਰਫ ਇਸ ਪਾਸੋਂ ਖਰਾਬ ਕੀਤੀ ਖੜੇ। ਔਰ ਮੈਂ ਧੋਤੀਆਂ ਸੀ ਵਰਦੀਆਂ, ਔਰ ਵਰਦੀਆਂ ਜਿਹੜੀਆਂ ਨਾ ਖੁਸ਼ਕ ਅੰਦਰ ਪਾਈਆਂ, ਕਿਉਂਕਿ ਅੱਜ ਕਾਫੀ ਲੇਟ ਹੋ ਗਏ ਇੱਥੇ, ਮੈਂ ਸਮਝੇ ਖੁਸ਼ ਕਰਨੇ ਪਾ ਦਿੱਤੀਆਂ। ਔਰ ਪੰਖਾ ਚਲਾਇਆ ਹੋਇਆ ਆਰਾਮ ਆਰਾਮ ਨਾਲ ਪੰਖਾ, ਜੇ ਪਤਾ ਨਹੀਂ ਸਿਲ ਖਰਾਬ ਹੋ ਗਿਆ ਕੀ ਮਸਲਾ,
पंखा जड़ा ना बहुत स्लो चलता पिया। और मैं आज की पकाया दोपहर ने शेयर ही भैनों भाइयों कोई नहीं किया। आज जो बड़े शौक ना बच्चे खाते सी आलू पालक नहीं आलू गोश्त वो मैं बनाया माशाल्लाह पालक गोश्त बनाया और अब्दुलरहमान लेके आया रस। हालांकि रोटियां भी पईयां ने वो कह रहा मैं चारा खाने मेरा दिल करता पी इनके कारण दिल करता पे आ माशाल्लाह जी वी आई पी रेसिपी पक्की पी इनके कारण ही दिल करता पी। बच्चे अपनी मर्जी करते हैं। वहाब तू इत की करना है इतने चलो नहीं नहीं चीनी नहीं खानी चल चल अच्छी बच्ची चल आख लै भाई जाती पी हादी तू भी चल चल आवे ते पिछे पिछे भी जाता पे चल आवे अच्छा बच्चा बन गया है तेज बड़ा है तो जड़ा है ना फिर ही गल मान जाता। और मैं बना लगी हाँ चाह बच्चों को पहले पूछनी हाँ दुध है कोई नहीं दुध खत्म हो गया तो इन्हें को पूछनी हाँ क्योंकि जी माझे ना थोड़ा जहा दुध दें ज़्यादा नहीं देंदी तो वह जरा कद दोपहर खत्म हो जाता तो कद जरा बच जाता शाम चाह बना ली तो हूँ जरा बच्चे को पूछनी है जे अगर कापा पीना है तो ठीक है बना दें जे अगर नहीं पीना तो फिर दुध तो खत्म है। ईमान फातिमा पीना कावा लैबा तू हाँ वेख ये तो बड़े काले पैक हैं कावे मेरी दिल कोई नहीं सी चाह बनाव अब्दुलरहमान कितने अब्दुलरहमान भाई शॉप अच्छा इंग्लिश उर्दू बोलते हैं मैंने एड्डी समझ का नहीं आती क्योंकि मैं पढ़ी कोई नहीं बच्चे मेरे बादशाह हूँ स्कूल पढ़ते पे ने इन्हें इंग्लिश थोड़ी बहुत आती क्योंकि शहर स्कूल उत्थे जाते हैं। और मैं बना लगी चाह शाम हो गई है वह चूल्हा पिया वो शौकी का साडा तू मेरे पिछे पिछे ना मैं चाह बनानी है चल अद हादी ये माऊ मई है ना चल अज शाबाश। और मैं बनाने लगी चाह कावा और तेरे वो भी शेयर करनी तू वीडियो बनाता वा ना हाँ वाह हूँ वीडियो बनाता वा पे मैं भी अम्मी वीडियो बनाता वा ना रख दे ये पावर बैंक के साडा टुटिया बजा तो उनका कावा रे की चीज आ वेख आ की चक्की फिरदा आ वे ईमान फातिमा इनका उतला हिस्सा कि दे चक के रखना कि मैं लगता चाह के तो कुछ कपड़े मैं इतने पाए से क्योंकि रात को पता ही नहीं चलता आंधी आ जाती है तो जो कपड़े इन्ह तार खड़े वो सारे उड़ जाते हैं फिर जमीन तो गट्टा मिट्टी लग जाता खराब हो जाते और ये थोड़े बहुते मैं कपड़े इतने बैठ के ही पा दते पंखा तो इस कमरे च है कोई नहीं बस थोड़े बहुत खुश खुश ना 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 पिछे आंट वो तो बच्चा बड़ा शैतान निकला चल आज हादी चाकलत बहार आज मैं चाह बनाऊँ आ वेख लाइट बंद हो गई है ना हूँ तेन अंदर भूत ही उसे हसन भूत आ जा ओ आ गए आ बंद करो गेट खुला एक बंद है जा उनका पता करो बंद करके आने के रोड से चला जा सी जा जल्दी जा चल रख अब्दुल वहाब शोर ना कर मैं लकड़ा का पता करनी हाँ लकड़ा पईया नहीं तो हूँ जाके उदे समझे पखियों पार है उतू चक के लाया उन्हें स्टोर रूम में आए पईया ने थापियाँ लकड़ा खत्म है लकड़ा है नहीं कोई ना और शौकी पट्ठे खा रहे शौकी पानी पीना है नहीं देखता माझ लगता पानी पीना माझ नहीं पानी पिलाना और चाय बनाई तो आए मेरे पीछे पीछे ने आदि चल चल एक तो जुत्ती नहीं पाना तू कुछ चीज ला देनी अब्दुल वाह तो मैं जुत्ती का नहीं पाई हाँ मैं जानती पे शौकी ना साथ आ जा आदि मैं जानती पे कुत्ता आंदा पे आ गया गया जल्दी आ जा जल्दी दौड़ के आ जा तू किसी चीज़ तो नहीं डरता सिवाय कुत्ते तो